ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਗਈਆਂ ਹਨ ਤਾਂ ਜੋ ਪੰਜਾਬ ਨਸ਼ਾ ਮੁਕਤ ਕੀਤਾ ਜਾਵੇ। ਇਸੇ ਲੜੀ ਤਹਿਤ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ 'ਤੇ ਅਬੋਹਰ ਪੁਲਿਸ ਵੱਲੋਂ ਥਾਂ ਥਾਂ 'ਤੇ ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਵਿੱਚ ਨਸ਼ੇ ਦੇ ਵਿੱਚ ਸੰਲਿਪਤ ਪਾਏ ਜਾਂਦੇ ਵਿਅਕਤੀਆਂ ਨੂੰ ਫੜ ਕੇ ਉਹਨਾਂ ਖਿਲਾਫ਼ ਬਣਦੀ ਵਿਭਾਗੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਨਸ਼ੇ ਕਰਨ ਦਾ ਆਦੀ ਹੈ ਤਾਂ ਉਸਦਾ ਇਲਾਜ ਵੀ ਪੰਜਾਬ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ ਕਰਾਇਆ ਜਾ ਰਿਹਾ ਹੈ। ਇਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ 1 ਅਬੋਹਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੁਰਜ ਮੁਹਾਰ ਚੌਂਕ 'ਤੇ ਪੁਲਿਸ ਨੇ ਨਾਕਾ ਲਾਇਆ ਸੀ ਅਤੇ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ 'ਤੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਣ ਦਾ ਇਸ਼ਾਰਾ ਕੀਤਾ, ਪਰ ਉਹਨਾਂ ਨੇ ਮੋਟਰਸਾਈਕਲ ਅਬੋਹਰ ਵੱਲ ਭਜਾ ਲਿਆ। ਜਦ ਉਹਨਾਂ ਨੇ ਮੋਟਰਸਾਈਕਲ ਭਜਾਇਆ ਤਾਂ ਪੁਲਿਸ ਵੱਲੋਂ ਵੀ ਉਹ ਮੋਟਰਸਾਈਕਲ ਦੇ ਪਿੱਛੇ ਆਪਣੀਆਂ ਗੱਡੀਆਂ ਲਗਾ ਕੇ ਕਾਫੀ ਦੂਰ ਜਾ ਕੇ ਉਹਨਾਂ ਨੂੰ ਰੋਕਿਆ ਗਿਆ। ਪੁਲਿਸ ਦੇ ਨੇੜੇ ਆਉਂਦਿਆਂ ਵੇਖ ਉਹਨਾਂ ਨੇ ਲਿਫਾਫਾ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਲਿਫਾਫੇ ਨੂੰ ਜਦ ਪੁਲਿਸ ਨੇ ਖੋਲ੍ਹਿਆ ਤਾਂ ਉਸ ਵਿੱਚ 15 ਗ੍ਰਾਮ ਹੈਰੋਇਨ, ਚਿੱਟਾ ਨਸ਼ਾ ਬਰਾਮਦ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਬੋਹਰ ਪੁਲਿਸ ਨੇ ਹੋਰ ਕੀ ਕੁਝ ਕਿਹਾ, ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ। ਇੱਕ ਕੱਲ੍ਹ ਜਿਹੜਾ ਹੈਗਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜਿਹੜਾ ਹੈਗਾ ਫਾਜ਼ਿਲਕਾ ਅਤੇ DSP ਹੋਰ ਦੇ ਜਿਹੜੇ ਹੈਗੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਜਿਹੜਾ ਹੈਗਾ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਫਾਜ਼ਿਲਕਾ ਰੋਡ ਦੇ ਉੱਪਰ। ਉੱਥੇ ਜਿਹੜਾ ਹੈਗਾ ਪੁਲਿਸ ਪਾਰਟੀ ਨੂੰ ਉਦੋਂ ਸਫਲਤਾ ਹਾਸਲ ਹੋਈ ਜਦੋਂ ਦੋ ਮੁੰਡੇ ਸ਼ੱਕ ਦੀ ਬਣਾ ਕੇ ਜਿਹੜਾ ਹੈਗਾ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਨੇ ਜਿਹੜਾ ਹੈਗਾ ਪੁਲਿਸ ਦੇ ਅੱਗੇ ਲਾ ਕੇ ਮੋਟਰਸਾਈਕਲ ਜਿਹੜਾ ਹੈਗਾ ਆਪਦਾ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਕਾਫੀ ਜਦੋਜਹਿਦ ਨਾਲ ਜਿਹੜਾ ਹੈਗਾ ਪਕੜ ਕੇ ਉਹਨਾਂ ਪਾਸੋਂ ਜਿਹੜਾ ਹੈਗਾ 15 ਗ੍ਰਾਮ ਹੈਰੋਇਨ ਜਿਹੜੀ ਹੈਗੀ ਹੈ ਰਿਕਵਰ ਕਰਵਾਈ ਹੈ। ਉਹਨਾਂ ਦੇ ਖਿਲਾਫ਼ NDPS ਦੇ ਜਿਹੜਾ ਹੈਗਾ ਸੈਕਸ਼ਨ ਦੇ ਤਹਿਤ ਮੁਕੱਦਮਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਆਨ ਆ। ਇਹ ਦੋਨਾਂ ਦੋਸ਼ੀਆਂ ਦੇ ਨਾਮ ਹਨ ਨਵੀਨ ਕੁਮਾਰ ਪੁੱਤਰ ਇੰਦਰਾਜ ਵਾਸੀ ਲੱਖੇਵਾਲੀ ਢਾਬ ਅਤੇ ਇੱਕ ਸਾਜਨ ਪੁੱਤਰ ਪਰਮਜੀਤ ਵਾਸੀ ਡੰਗਰਖੇੜਾ। ਇਹ ਦੋਨੇ ਪਿੰਡ ਥਾਣਾ ਕੁਈਖੇੜੇ ਦੇ ਵਿੱਚ ਹੈਗੇ ਆ ਅਤੇ ਇਹ ਜਿਹੜੇ ਹੈਗੇ ਇਹਨਾਂ 'ਤੇ ਪਹਿਲਾਂ ਹੀ ਜਿਹੜਾ ਹੈਗਾ NDPS ਦਾ ਕੇਸ ਆ। ਇਹ ਲੜਾਈ ਝਗੜੇ ਦੇ ਇੱਕ ਦਾ ਇੱਕ 'ਤੇ ਇਹ ਕੇਸ ਦਰਜ ਹੈਗੇ ਆ ਪਹਿਲਾਂ ਅਤੇ ਬਾਕੀ ਫਰਦਰ ਇਨਵੈਸਟੀਗੇਸ਼ਨ ਆਉਣ ਆ ਜੇ ਕੋਈ ਹੋਰ ਰਿਕਵਰੀ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਹੁੰਦੀ ਉਹ ਰਿਮਾਂਡ ਹਾਸਲ ਕਰਦੇ ਆ ਗਿਆ ਜਮਾਨਯੋਗ ਅਦਾਲਤ 'ਚ ਪੇਸ਼ ਕਰਕੇ ਅਤੇ ਰਿਮਾਂਡ ਦੇ ਵਿੱਚ ਜਿਹੜੇ ਹੈਗੇ ਖੁਲਾਸੇ ਹੁੰਦੇ ਉਸ ਹਿਸਾਬ ਨਾਲ ਤੁਹਾਨੂੰ ਅਸੀਂ ਅਪਡੇਟ ਕਰਾਂਗੇ। ਇੱਕ ਤਾਂ ਗਰੀਬ ਪਰਿਵਾਰ ਤੋਂ ਆ, ਦਿਹਾੜੀਆਂ ਦੇ ਭੇਜੇ ਕਰਦਾ। ਇੱਕ ਜਿਹੜਾ ਮੁੰਡਾ ਹੈਗਾ ਵਧੀਆ ਫੈਮਿਲੀ ਤੋਂ ਹੈਗਾ, ਬਿਲੋਂਗ ਕਰਦਾ ਜ਼ਿਮੀਂਦਾਰ ਪਰਿਵਾਰ ਨੂੰ ਬਿਲੋਂਗ ਕਰਦਾ ਅਤੇ ਜਿਹੜਾ ਹੈਗਾ ਇੱਕ ਤਾਂ ਨਸ਼ੇ ਦਾਦੀ ਹੈ, ਇੱਕ ਥੋੜ੍ਹਾ ਪ੍ਰੋਫਿਟ ਪਰਪਸ ਵਾਸਤੇ ਹੀ ਜਿਹੜਾ ਹੈਗਾ ਹੈਰੋਇਨ ਪੀਂਦੇ ਸੀ ਕਿ ਵੇਚਦੇ ਸੀ। ਇਹ ਇੱਕ ਤਾਂ ਇਹਨਾਂ ਦੇ ਵਿੱਚ ਉਹ ਸਮਗਲਰ ਆ ਜਿਹੜਾ ਵੇਚਦਾ ਅਤੇ ਇੱਕ ਜਿਹੜਾ ਹੈਗਾ ਕੰਜ਼ਿਊਮ ਵੀ ਕਰਦਾ, ਨਾਲ ਜਿਹੜਾ ਕੰਜ਼ਿਊਮ ਕਰਦਾ ਆਪਦਾ ਪੀਣ ਜੋਗਾ ਜਿਹੜਾ ਹੈਗਾ ਉਹ ਕੰਮ ਕਰਦੀ ਇਹ ਸਮਗਲਿੰਗ ਉਸ ਲੈਵਲ ਦੀ। ਸਰ ਪਤਾ ਲੱਗਿਆ ਕਿੱਥੋਂ ਲੈ ਕੇ ਆਉਂਦੇ? ਇਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਕੋਈ ਬਾਰਡਰ ਏਰੀਏ ਦੇ ਹੀ ਜਿਹੜੇ ਹੈਗੇ ਏਰੀਏ ਤੋਂ ਕਰ ਰਹੇ, ਇਹਨਾਂ ਦੀ ਅੱਜ ਰਿਮਾਂਡ ਹਾਸਲ ਕੀਤਾ, ਪੁੱਛਗਿੱਛ ਕਰਕੇ ਜਿਹੜੇ ਹੈਗੇ ਫਰਦਰ ਜਿਹੜੇ ਹੈਗੇ ਖੁਲਾਸੇ ਹੋਣਗੇ ਉਹ ਪ੍ਰੈਸ ਨਾਲ ਸ਼ੇਅਰ ਕਰ ਦਿੱਤੇ ਜਾਣਗੇ ਜੀ। ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਂ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ। ਜੈ ਹਿੰਦ, ਜੈ ਭਾਰਤ।